ਉਹਨਾਂ ਟੋਕਸਿਨਾਂ ਨੂੰ ਕੱਢਣ ਵਾਸਤੇ ਇਹ ਫਿਰ ਸਾਡਾ ਜਿਹੜਾ ਪਿੱਠੇ ਦਾ ਜੂਸ ਆ ਜਾਂਦਾ, ਲੌਕੀ ਦਾ ਜੂਸ ਆ ਜਾਂਦਾ, ਕਰੇਲਿਆਂ ਦਾ ਜੂਸ ਆ ਜਾਂਦਾ, ਖੀਰੇ ਦਾ ਜੂਸ ਆ ਜਾਂਦਾ, ਅਦਰਕ ਹਲਦੀ ਜਿਹੜੀ ਫਰੈਸ਼ ਅਸੀਂ ਰੱਖੀ ਹੁੰਦੀ ਹੈ ਉਹ ਜੂਸ ਪਿਆ ਦਿੰਦੇ। ਸਿਹਤ ਵਾਸਤੇ ਓਨਾ ਜ਼ਰੂਰੀ ਹੈ ਜੂਸ ਜਿੰਨਾ ਕਿ ਸਾਡੇ ਲਈ ਖਾਣਾ ਅਤੇ ਸਿਮਰਨ ਕਰਨਾ। ਆਪਣੀ ਦਿੱਕਤ ਦੱਸੋ, ਕੈਸਟਰੋਲ ਜਿਹਨੂੰ ਹੈਗਾ ਉਹਦੇ ਵਾਸਤੇ ਅਸੀਂ ਸਪੈਸ਼ਲ ਲੌਕੀ ਦਾ ਜੂਸ ਦਿੰਦੇ ਹਾਂ, ਜਿਹਨੂੰ ਕੋਈ ਲੀਵਰ ਦੀ ਦਿੱਕਤ ਉਸ ਵਾਸਤੇ ਸਪੈਸ਼ਲ ਲੀਵਰ ਦਾ ਜੂਸ ਦਿੰਦੇ ਹਾਂ, ਸ਼ੂਗਰ ਵਾਲੇ ਨੂੰ ਸ਼ੂਗਰ ਵਾਸਤੇ ਜੂਸ ਦਿੰਦੇ ਹਾਂ। ਐਕਚੁਲੀ ਹੈਲਥ ਕੌਨਸ਼ੀਅਸ ਹੋ ਗਿਆ ਅੱਜ ਕੱਲ੍ਹ ਸਾਰੇ, ਐਂਡ ਇਟਸ ਵੈਰੀ ਬੈਨੀਫਿਸ਼ੀਅਲ ਫੋਰ ਦਾ ਹੈਲਥ ਦੈਟ ਵੀ ਆਰ ਹੈਵਿੰਗ ਸੱਚ ਡਰਿੰਕਸ ਹੇਅਰ। ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਂ ਦਾ ਮੈਂ ਮਧੂ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅਤੇ ਦਰਸ਼ਕੋ, ਸਭ ਤੋਂ ਵਧੀਆ ਚੀਜ਼ ਅਤੇ ਚੰਗੀ ਚੀਜ਼ ਤੁਹਾਡੇ ਲਈ ਕੀ ਹੈ? ਜੇਕਰ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਤੁਹਾਨੂੰ ਜੂਸ ਜਾਂ ਹੋਰ ਵੀ ਵਰਾਈਟੀਆਂ ਖਾਣੀ ਪੀਣੀ ਚਾਹੀਦੀਆਂ ਹੈ, ਫਿਰ ਤੁਹਾਡੀ ਸਿਹਤ ਅੱਛੀ ਰਹੇਗੀ। ਅਤੇ ਇਸੇ ਦੇ ਨਾਲ ਹੀ ਮੈਂ ਤੁਹਾਡੇ ਲਈ ਅੱਜ ਇੰਨਾ ਗ੍ਰੇਟ ਜੂਸ ਲੈ ਕੇ ਆਈ ਹਾਂ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜੂਸ ਹੈ, ਜੋ ਫਰੂਟਸ ਜੂਸ ਵੀ ਹੈ ਅਤੇ ਵੈਜੀਟੇਬਲਸ ਜੂਸ ਵੀ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਸਾਡੇ ਇੱਥੇ ਕੰਪਨੀ ਗਾਰਡਨ ਦੇ ਵਿੱਚ, ਜਿੱਥੇ ਕਿ ਇੱਕ ਸਰਦਾਰ ਜੀ ਕੱਟ ਲਗਾਉਂਦੇ ਨੇ ਅਤੇ ਉਹ ਬਹੁਤ ਹੀ ਸਪੈਸ਼ਲ ਨਾਲੇ ਗ੍ਰੇਟ ਜਿਹੜਾ ਜੂਸ ਹੁੰਦਾ ਹੈ ਉਹ ਬਣਾਉਂਦੇ ਨੇ। ਅਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਅਤੇ ਸਰਦਾਰ ਜੀ, ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ। ਅਤੇ ਤੁਸੀਂ ਦੱਸੋ, ਕਿਸ ਤਰ੍ਹਾਂ ਤੁਸੀਂ ਸੋਚਿਆ ਕਿ ਫਰੂਟ ਜੂਸ ਦੇ ਨਾਲ ਸਬਜ਼ੀਆਂ ਦਾ ਜੂਸ ਲੋਕਾਂ ਦੇ ਸਿਹਤ 'ਤੇ ਲੈ ਕੇ ਆਈਏ? ਇਹ ਅੱਜ ਕੱਲ੍ਹ ਸਮੇਂ ਦੀ ਡਿਮਾਂਡ ਹੈ ਜੀ, ਸਮੇਂ ਦੀ ਮੰਗ ਹੈ ਵੀ ਜਿਵੇਂ ਅਸੀਂ ਅਸੀਆਂ ਜਿਹੜੀਆਂ ਜੰਕ ਫੂਡ ਖਾਂਦੇ ਹਾਂ ਜਾਂ ਹੋਰ ਸਾਡੀਆਂ ਜਿਹੜੀਆਂ ਰੋਟੀਆਂ ਵੀ ਚਿੱਟੀਆਂ ਹੋ ਗਈਆਂ, ਪਹਿਲਾਂ ਅਸੀਂ ਸਾਡੀਆਂ ਜਿਹੜਾ ਖਾਣਾ ਸੀਗਾ ਉਹ ਥੋੜ੍ਹਾ ਹੋਰ ਢੰਗ ਦਾ ਸੀ, ਮੋਟਾ ਅਨਾਜ ਖਾਂਦੇ ਸਾਂ ਅਤੇ ਸਾਡੇ ਅੰਦਰ ਕੋਈ ਰੁਕਾਵਟ ਨਹੀਂ ਪੈਦਾ ਹੁੰਦੀ। ਹੁਣ ਜਿਹੜੀ ਹੈ ਸਾਡੇ ਅੰਦਰ ਰੁਕਾਵਟ ਬਹੁਤ ਪੈਦਾ ਹੁੰਦੀ ਹੈ, ਉੱਠਦੇ ਸਾਰ ਅਸੀਂ ਬਿਸਕੁਟ ਖਾ ਲੈਂਦੇ ਹਾਂ ਉਹ ਵੀ ਸਾਡੀਆਂ ਅੰਤੜੀਆਂ ਨਾਲ ਚਿਪਕ ਜਾਂਦੇ ਆ, ਤਾਂ ਸਾਡੇ ਅੰਦਰ ਟੋਕਸਿਨ ਜੰਮ ਜਾਂਦੇ, ਉਹ ਟੋਕਸਿਨ ਜਿਹੜੇ ਜੰਮਣੇ ਉਹੀ ਪ੍ਰੋਬਲਮ ਬਣ ਜਾਂਦੀ, ਉਹੀ ਬਿਮਾਰੀ ਬਣ ਜਾਂਦੀ ਹੈ। ਉਹਨਾਂ ਟੋਕਸਿਨਾਂ ਨੂੰ ਕੱਢਣ ਵਾਸਤੇ ਇਹ ਫਿਰ ਸਾਡਾ ਜਿਹੜਾ ਪਿੱਠੇ ਦਾ ਜੂਸ ਆ ਜਾਂਦਾ, ਲੌਕੀ ਦਾ ਜੂਸ ਆ ਜਾਂਦਾ, ਕਰੇਲਿਆਂ ਦਾ ਜੂਸ ਆ ਜਾਂਦਾ, ਖੀਰੇ ਦਾ ਜੂਸ ਆ ਜਾਂਦਾ, ਅਦਰਕ ਹਲਦੀ ਜਿਹੜੀ ਫਰੈਸ਼ ਅਸੀਂ ਰੱਖੀ ਹੁੰਦੀ ਹੈ ਉਹ ਜੂਸ ਪਿਆ ਦਿੰਦੇ ਹਾਂ ਜੀ। ਸਿਹਤ ਦੇ ਲਈ ਜੂਸ ਕਿੰਨਾ ਕੁ ਜ਼ਰੂਰੀ ਹੈ? ਸਿਹਤ ਵਾਸਤੇ ਓਨਾ ਜ਼ਰੂਰੀ ਹੈ ਜੂਸ ਜਿੰਨਾ ਕਿ ਸਾਡੇ ਲਈ ਖਾਣਾ ਅਤੇ ਸਿਮਰਨ ਕਰਨਾ, ਕਿਉਂਕਿ ਜੇ ਅੰਦਰ ਟੋਕਸਿਨ ਜੰਮ ਗਏ ਤਾਂ ਉਹ ਬਿਮਾਰੀ ਪੈਦਾ ਕਰਨਗੇ, ਅਤੇ ਜੇ ਜੂਸ ਪੀਂਦੇ ਰਹਿਣਗੇ ਲੋਕ ਤਾਂ ਟੋਕਸਿਨ ਬਾਹਰ ਆਉਂਦੇ ਰਹਿਣਗੇ ਅਤੇ ਸਿਹਤ ਚੰਗੀ ਰਹੇ। ਅਤੇ ਸਰ, ਸਰਦਾਰ ਜੀ, ਕਿਹੜੇ ਕਿਹੜੇ ਤਰ੍ਹਾਂ ਦੇ ਜੂਸ ਬਣਾਉਂਦੇ ਹੋ ਤੁਸੀਂ ਇੱਥੇ? ਸਾਡੇ ਕੋਲ ਬਹੁਤ ਸਾਡਾ ਪ੍ਰਚਲਿਤ ਜੂਸ ਹੋਇਆ ਸੀਗਾ ਨਿੰਮ ਜਾਮਨੂ ਕਰੇਲਾ, ਜਿਹਨੂੰ ਜ਼ਹਿਰ ਵਾਲਾ ਜੂਸ ਵੀ ਕਿਹਾ ਜਾਂਦਾ ਸੀ। ਜ਼ਹਿਰ ਵਾਲਾ ਜੂਸ? ਹਾਂ, ਉਹਦੇ ਵਿੱਚ ਅਸੀਂ ਕਰੇਲੇ ਪਾਉਂਦੇ ਹਾਂ, ਨਿੰਮ ਪਾਉਂਦੇ ਹਾਂ, ਇਹ ਮਰਿੰਗਾ ਜਿਹਨੂੰ ਸੁਹੰਜਣਾ ਵੀ ਕਿਹਾ ਜਾਂਦਾ, ਡਰਮ ਸਟਿਕ ਕਿਹਾ ਜਾਂਦਾ, ਅਤੇ ਫਿਰ ਸਾਡੇ ਕੋਲ ਪੂਤਨਾ ਆ ਗਿਆ, ਪਾਲਕ ਆ ਗਈ, ਧਨੀਆ ਆ ਗਿਆ, ਅਦਰਕ ਆ ਗਿਆ, ਹਲਦੀ ਆ ਗਈ, ਦੇਸੀ ਟਮਾਟਰ ਆ ਗਏ, ਦੇਸੀ ਖੀਰਾ, ਇਹ ਅਸੀਂ ਵਿੱਚ ਮਿਕਸ ਕਰਕੇ ਨਾਲ ਬਣਾਉਂਦੇ ਹਾਂ। ਨਾਲ ਸਾਡੇ ਕੋਲ ਇੱਕ ਪਾਊਡਰ ਹੁੰਦਾ ਜਿਹੜਾ ਕਿ ਆਪਣਾ ਜਾਮਨੂ ਦੀਆਂ ਗਿਟਕਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਰਗੜ ਕੇ, ਕਰੇਲੇ ਸੁੱਕੇ ਰਗੜ ਕੇ, ਅਤੇ ਜਾਂ ਫਿਰ ਆਪਣਾ ਕੀ ਇਹਨੂੰ ਕਹਿ ਦਿੰਦੇ ਆ, ਇੰਦਰ ਜੌਂ ਰਗੜ ਕੇ, ਇਹ ਸਾਰੇ ਬਣਾਇਆ ਹੁੰਦਾ ਜੀ। ਗ੍ਰੇਟ ਪੰਜਾਬ ਦੇ ਲੋਕਾਂ ਲਈ ਸਭ ਤੋਂ ਗ੍ਰੇਟ ਇੱਥੇ ਦਾ ਜੂਸ ਕਿਹੜਾ ਮਿਲੇਗਾ? ਗ੍ਰੇਟ ਪੰਜਾਬ ਵੱਲੋਂ ਜਿਹੜੇ ਆਏ ਹੋਏ ਚੈਨਲ ਵਾਲੇ ਆ, ਉਹਨਾਂ ਮੈਨੂੰ ਆਉਂਦਾ ਹੀ ਕਿਹਾ ਵੀ ਸਾਨੂੰ ਗ੍ਰੇਟ ਜੂਸ ਦੀ ਜਾਣਕਾਰੀ ਚਾਹੀਦੀ ਹੈ, ਉਹ ਗ੍ਰੇਟ ਜੂਸ ਦੀ ਜਾਣਕਾਰੀ ਫਿਰ ਮੈਂ ਉਹਨਾਂ ਨੂੰ ਦਿੱਤੀ। ਬੱਚਿਆਂ ਵਾਸਤੇ ਬਹੁਤ ਅੱਛਾ ਜੂਸਿਸ ਮੇਰੇ ਕੋਲ ਹੁੰਦਾ, ਜਿਹਨੂੰ ਕਿ ਬਹੁਤ ਫੇਮਸ ਜੂਸ ਵੀ ਕਿਹਾ ਜਾਂਦਾ, ABC ਜੂਸ, ਲੋਕ ਆ ਕੇ ਮੇਰੇ ਕੋਲ ਬੱਚਿਆਂ ਨੂੰ ਲੈ ਕੇ ਆਉਂਦੇ ਨੇ, ਉਹਨਾਂ ਦੀਆਂ ਅੱਖਾਂ ਵਾਸਤੇ ਚੰਗਾ ਹੈ, ਉਹਨਾਂ ਦੇ ਬਲੱਡ ਵਾਸਤੇ, ਜਿਨ੍ਹਾਂ ਨੂੰ ਆਪਣਾ ਖੂਨ ਘੱਟ ਹੈ ਜਿਨ੍ਹਾਂ ਦਾ, ਉਹਨਾਂ ਵਾਸਤੇ ਬਹੁਤ ਅੱਛਾ ਹੈ। ਕਈਆਂ ਦੀ ਤੁਸੀਂ ਦੇਖਿਆ ਹੋਗਾ ਵੀ ਯੈਲੋਪਨ ਦੀ ਸਕਿਨ ਹੁੰਦੀ ਹੈ, ਉਹਨਾਂ ਵਾਸਤੇ ਇਹ ABC ਜੂਸ ਜਿਹੜਾ ਬਹੁਤ ਕਾਰਗਰ ਹੈ। ਉਹਦੇ ਵਿੱਚ ਸੇਬ, ਗਾਜਰ, ਚਕੰਦਰ, ਬੱਚੇ ਤਾਂ ਕਹਿੰਦੇ ਐਪਲ, ਬੀਟਰੂਟ, ਕੈਰਟ, ਉਹ ABC ਦਾ ਨਾਮ ਦੇ ਦਿੰਦੇ ਆ, ਫਿਰ ਇਹ ਜੂਸ ਮੈਂ ਬਣਾ ਕੇ ਉਹਨਾਂ ਨੂੰ ਦਿੰਦਾ।
ਨਾਲ ਆਮਲੇ ਪਾਏ ਜਾਂਦੇ ਆ ਸ਼ਾਮ ਨੂੰ। ਤੇ ਸਾਡੇ ਲਈ ਵੀ ਕੋਈ ਸਪੈਸ਼ਲ ਜੂਸ ਤਿਆਰ ਕੀਤਾ ਜਾਵੇ? ਤੁਹਾਨੂੰ ਕੌੜਾ ਜੂਸ ਲਿਆਉਣੇ ਆ ਕਰੇਲਿਆਂ ਦਾ। ਜੋ ਵੀ ਜੂਸ ਦਿਓਗੇ ਸਾਡੇ ਲਈ ਤੇ ਅੱਛਾ ਹੀ ਰਹੇਗਾ ਸਿਹਤ ਦੇ ਲਈ। ਤੇ ਇਸੇ ਦੇ ਨਾਲ ਤੁਸੀਂ ਇਹ ਵੀ ਚੀਜ਼ ਦੇਖ ਸਕਦੇ ਹੋ, ਤੁਸੀਂ ਕਿੱਥੇ ਵੀ ਕੋਈ ਚੀਜ਼ ਲੈਣ ਜਾਂਦੇ ਹੋ ਜਾਂ ਖਾਣ ਪੀਣ ਜਾਂਦੇ ਹੋ, ਤੁਸੀਂ ਸਭ ਤੋਂ ਪਹਿਲਾਂ ਉੱਥੇ ਦੀ ਕਿਹੜੀ ਚੀਜ਼ ਦੇਖਦੇ ਹੋ? ਆਈ ਐਮ ਸ਼ੋਰ ਤੁਸੀਂ ਸਫਾਈ ਦੇਖਦੇ ਹੋ, ਤੇ ਤੁਸੀਂ ਇੱਥੇ ਦੀ ਵੀ ਸਫਾਈ ਦੇਖ ਸਕਦੇ ਹੋ ਕਿ ਹਰ ਚੀਜ਼ ਸਾਨੂੰ ਫਰੈਸ਼ ਮਿਲਦੀ ਹੈ, ਸਫਾਈ ਨਾਲ ਇੱਥੇ ਕੰਮ ਕੀਤਾ ਜਾਂਦਾ ਹੈ। ਤੇ ਜੋ ਵੀ ਸਿਹਤ ਦੇ ਲਈ ਚੀਜ਼ਾਂ ਹੁੰਦੀਆਂ ਨੇ ਉਹ ਤੁਹਾਨੂੰ ਇੱਥੇ ਮਿਲਦੀਆਂ ਨੇ। ਤੇ ਸਰਦਾਰ ਜੀ, ਹੋਰ ਕੀ ਦੱਸਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ ਇਸ ਜੂਸ ਬਾਰੇ? ਦੇਖੋ ਜੀ, ਮੇਰੇ ਕੋਲ ਤੇ ਜੋ ਕੁਝ ਹੈ ਮੈਂ ਤੇ ਉਹੀ ਦੱਸਾਂਗਾ ਨਾ। ਹਾਂਜੀ ਹਾਂਜੀ, ਹੈ ਨਾ, ਮੇਰੇ ਕੋਲ ਤੇ ਇਹ ਜੂਸ ਹੈ। ਆ ਕੇ ਆਪਣੀ ਦਿੱਕਤ ਦੱਸੋ। ਕੈਸਟਰੋਲ ਜਿਹਨੂੰ ਹੈਗਾ ਉਹਦੇ ਵਾਸਤੇ ਹੀ ਸਪੈਸ਼ਲ ਲੌਕੀ ਦਾ ਜੂਸ ਦਿੰਦੇ ਆ। ਜਿਹਨੂੰ ਕੋਈ ਲੀਵਰ ਦੀ ਦਿੱਕਤ ਹੈ ਉਸ ਵਾਸਤੇ ਸਪੈਸ਼ਲ ਲੀਵਰ ਦਾ ਜੂਸ ਦਿੰਦੇ ਆ। ਸ਼ੂਗਰ ਵਾਲੇ ਨੂੰ ਸ਼ੂਗਰ ਵਾਸਤੇ ਸ਼ੂਗਰ ਜੂਸ ਦਿੰਦੇ ਆ। ਇਸ ਤਰ੍ਹਾਂ ਲੋਕ ਆ ਕੇ ਮੇਰੇ ਕੋਲ ਜੂਸ ਦੀ ਡਿਮਾਂਡ ਨਹੀਂ ਕਰਦੇ, ਉਹ ਪ੍ਰੋਬਲਮ ਦੱਸਦੇ ਆਪਣੀ ਪ੍ਰੋਬਲਮ ਦੱਸਦੇ ਤੇ ਫਿਰ ਉਸ ਅਨੁਸਾਰ ਅਸੀਂ ਇਹ ਜੂਸਿਸ ਤਿਆਰ ਕਰ ਦਿੰਦੇ ਆ। ਇਹ ਹੁਣ ਜਿਵੇਂ ਲੀਵਰ ਦਾ ਜੂਸਿਸ ਹੈ, ਲੀਵਰ ਦਾ ਜੂਸ ਇਹਦੇ ਵਿੱਚ ਕੀ ਪਿਆ ਹੋਇਆ? ਇਹਦੇ ਵਿੱਚ ਹਲਦੀ ਆ, ਔਲੇ ਆ, ਚਿਕੰਦਰ ਹੈ। ਚਿਕੰਦਰ ਜਿਹੜੀ ਲੀਵਰ ਦੀ ਸਫਾਈ ਵੀ ਕਰਦੀ ਹੈ ਅਤੇ ਖੂਨ ਵੀ ਵਧਾਉਂਦੀ ਹੈ। ਇਹਨਾਂ ਨੂੰ ਪੁੱਛੋ ਲੀਵਰ ਦਾ ਜੂਸਿਸ ਪੀਂਦੇ ਆ ਕਿੰਨਾ ਕੁ ਇਹਨਾਂ ਨੂੰ ਫਾਇਦਾ ਹੋਇਆ। ਸਰ, ਕਿਵੇਂ ਦਾ ਲੱਗਦਾ ਹੈ ਜਦੋਂ ਇਹ ਜੂਸ ਪੀ ਕੇ ਤੇ ਤੁਹਾਡੀ ਸਿਹਤ ਅੱਛੀ ਰਹਿੰਦੀ ਹੈ? ਬਹੁਤ ਵਧੀਆ ਲੱਗਦਾ ਇਹਨਾਂ ਲੀਵਰ ਜੈਸਾ ਸੋਜਿਸ਼ ਹੈ, ਲੀਵਰ ਜੇ ਕੁਛ ਵੀ ਹੈ ਬਿਲਕੁਲ ਠੀਕ ਹੋ ਜਾਂਦਾ, ਬਿਲਕੁਲ ਠੀਕ ਹੋ ਜਾਂਦਾ, ਬਿਲਕੁਲ ਬਿਲਕੁਲ। ਤੇ ਤੁਸੀਂ ਲੋਕਾਂ ਨੂੰ ਵੀ ਦੇਖ ਰਹੇ ਹੋ ਕਿ ਸਵੇਰ ਸਵੇਰ ਇੱਥੇ ਮਾਰਨਿੰਗ ਦੇ ਟਾਈਮ ਇੱਥੇ ਲੋਕ ਆ ਕੇ ਜੂਸ ਲੈਣਾ ਸਟਾਰਟ ਹੋ ਜਾਂਦੇ ਆ। ਹੁਣ ਜਿਵੇਂ ਆ ਦੇਖੋ ਆਏ ਆ, ਕਹਿੰਦੇ ਮਨੂੰ ਆ ਕੇ ਲੀਵਰ ਦੇ ਦੋ, ਇਹਨਾਂ ਜੂਸ ਦਾ ਨਾਮ ਨਹੀਂ ਲਿਆ, ਇਸ ਕਰਕੇ ਲੀਵਰ ਵਾਸਤੇ ਨਾ ਇਸ ਤਰ੍ਹਾਂ ਦੀ ਡਿਮਾਂਡਾਂ ਆਉਂਦੀਆਂ ਨੇ। ਸਰ, ਜਦੋਂ ਇਹ ਜੂਸ ਤੁਸੀਂ ਇੱਥੋਂ ਪੀ ਕੇ ਜਾਂਦੇ ਹੋ ਤੇ ਸਿਹਤ ਦਾ ਤੇ ਚੰਗਾ ਹੀ ਹੁੰਦਾ ਵਾ, ਤੇ ਕਿਹੋ ਜਿਹਾ ਲੱਗਦਾ ਹੈ? ਮੈਮ, ਐਕਚੁਅਲੀ ਹੈਲਥ ਕੌਨਸ਼ੀਅਸ ਹੋ ਗਿਆ ਅੱਜ ਕੱਲ੍ਹ ਸਾਰੇ, ਐਂਡ ਇਟਸ ਵੈਰੀ ਬੈਨੀਫਿਸ਼ੀਅਲ ਫੋਰ ਦਾ ਹੈਲਥ ਦੈਟ ਵੀ ਆਰ ਹੈਵਿੰਗ ਸੱਚ ਡਰਿੰਕਸ ਹੇਅਰ। ਸੋ ਬਹੁਤ ਅੱਛਾ ਲੱਗਦਾ ਹੈ ਔਰ ਰਿਫਰੈਸ਼ਿੰਗ ਲੱਗਦਾ ਸਾਰਾ ਦਿਨ, ਇਟਸ ਵੈਰੀ ਗੁੱਡ ਫੋਰ ਹੈਲਥ। ਤੇ ਤੁਸੀਂ ਮਾਰਨਿੰਗ ਦੇ ਟਾਈਮ ਸੈਰ ਕਰਨ ਆਉਂਦੇ ਹੋ ਕੰਪਨੀ ਗਾਰਡਨ ਦੇ ਵਿੱਚ, ਤੇ ਸਰਦਾਰ ਜੀ ਤੁਸੀਂ ਆਪਣੀ ਲੋਕੇਸ਼ਨ ਦੱਸ ਦਿਓ ਤੇ ਟਾਈਮਿੰਗ ਦੱਸ ਦਿਓ। ਮੇਰਾ ਟਾਈਮ ਸਵੇਰੇ 6 ਤੋਂ 10 ਵਜੇ ਤੱਕ ਹੁੰਦਾ, ਕਿਉਂਕਿ 10 ਵਜੇ ਤੱਕ ਕੁਦਰਤ ਨੇ ਸਮਾਂ ਡੀਟੌਕਸ ਦਾ ਸਮਾਂ ਰੱਖਿਆ ਹੈ। ਅਸੀਂ ਸਵੇਰੇ ਨਹਾਉਂਦੇ ਹਾਂ, ਬਾਹਰ ਨੂੰ ਜਾਂਦੇ ਹਾਂ, ਇਹ ਸਭ ਟੌਕਸਨ ਬਾਹਰ ਕੱਢਣ ਦਾ ਹੀ ਤਰੀਕਾ ਹੈ। ਠੀਕ ਹੈ ਜੀ, ਕੁਦਰਤ ਦੇ ਨਾਲ ਹੀ ਅਸੀਂ ਇਹ ਜੂਸ ਨੂੰ ਜੋੜ ਦਿੱਤਾ। ਇਹ ਵੀ ਜਿਹੜੇ ਜੂਸਿਸ ਹੈ ਟੌਕਸਨ ਬਾਹਰ ਕੱਢਣ ਵਾਸਤੇ ਹੀ ਹੈ, ਟੌਕਸਨ ਬਾਹਰ ਨਿਕਲ ਗਏ ਤਾਂ ਸਮਝੋ ਬਿਮਾਰੀ ਨਿਕਲ। ਤੇ ਇਹ ਜੂਸ ਦਾ ਪ੍ਰਾਈਸ ਕੀ ਹੈ? ਸਿਰ ਇਹਦਾ ਜੂਸ ਦਾ ਪ੍ਰਾਈਸ ਹੈ 50 ਰੁਪਏ, 50 ਰੁਪੀਸ। ਕੋਈ ਵੀ ਜੂਸ ਲੈ ਲਓ, ਜੂਸ ਲੈ ਲਓ 50 ਰੁਪਏ। ਸਵੇਰੇ ਇਹ 6 ਤੋਂ ਲੈ ਕੇ 10 ਵਜੇ ਤੱਕ ਹੁੰਦੇ ਕੰਪਨੀ ਬਾਗ ਦੇ ਅੰਦਰ, ਠੰਡੀ ਕੋਈ ਵਾਲੇ ਗੇਟ ਤੋਂ ਅੰਦਰ ਆਓ, ਸਟਾਲ ਨੰਬਰ 2 ਤੇ ਮੈਂ ਤੁਹਾਨੂੰ 6 ਤੋਂ 10 ਵਜੇ ਤੱਕ। ਏਬੀਸੀ ਜੂਸ ਮੈਂ ਵੀ ਪੀ ਕੇ ਤੁਹਾਨੂੰ ਦੱਸੂੰਗੀ ਕਿ ਕਿਸ ਤਰ੍ਹਾਂ ਦਾ ਇਹਦਾ ਟੇਸਟ ਹੈ। ਨਾਲ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ, ਜਿਹੜੀ ਵੀ ਇੱਥੇ ਵੇਸਟੇਜ ਹੁੰਦੀ ਹੈ, ਜੋ ਵੀ ਵੇਸਟ ਚੀਜ਼ ਨਿਕਲਦੀ ਹੈ ਉਹ ਸਰਦਾਰ ਜੀ ਗਊਸ਼ਾਲਾ ਦੇ ਵਿੱਚ ਦੇ ਦਿੰਦੇ ਨੇ। ਤੇ ਜਿਵੇਂ ਗਊ ਮਾਤਾ ਦੀ ਸੇਵਾ ਕਰ ਰਹੇ ਆ, ਉੱਦਾਂ ਹੀ ਇੱਥੇ ਵੀ ਸੇਵਾ ਕਰ ਰਹੇ ਆ। ਤਾਂ ਹੁਣ ਤੁਹਾਨੂੰ ਮੈਂ ਏਬੀਸੀ ਜੂਸ, ਐਪਲ, ਬੀਟਰੂਟ ਅਤੇ ਕੈਰਟ ਜੂਸ ਪੀ ਕੇ ਵੀ ਦਿਖਾਉਂਗੀ ਕਿ ਕਿਸ ਤਰ੍ਹਾਂ ਦਾ ਇਹਦਾ ਟੇਸਟ ਹੈ। ਜੂਸ ਤਾਂ ਬਹੁਤ ਟੇਸਟੀ ਹੈ। ਨਾਲੇ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਦਾ ਕਿ ਇਹਦੇ ਵਿੱਚ ਕੋਈ ਬਰਫ਼ ਨਹੀਂ ਪਈ, ਕੋਈ ਮਿੱਠਾ ਨਹੀਂ ਪਿਆ। ਜੋ ਵੀ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਸਭ ਸਿਹਤ ਦੇ ਲਈ ਅੱਛੀਆਂ ਹੈ, ਅਤੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਇੱਥੇ ਆ ਕੇ ਟਰਾਈ ਕਰੋ। ਵੈਰੀ ਨਾਈਸ, ਆਈ ਐਮ ਹੈਵਿੰਗ ਦਾ ABC ਜੂਸ ਫਰੋਮ ਦੈਮ। ਇਟਸ ਔਸਮ ਟੇਸਟ ਵਾਈਜ਼ ਐਂਡ ਇਟਸ ਵੈਰੀ ਗੁੱਡ ਫੋਰ ਹੈਲਥ, ਬਿਕਾਜ਼ ਆਈ ਐਮ ਨੋਟ ਹੈਵਿੰਗ ਐਨੀ ਟਾਈਪ ਆਫ ਪਰਟੀਕੁਲਰ ਪ੍ਰੋਬਲਮ, ਸੋ ਆਈ ਐਮ ਗੋਇੰਗ ਫੋਰ ਦਾ ABC 1. ABC ਇਜ਼ ਐਪਲ, ਬੀਟਰੂਟ ਐਂਡ ਕੈਰਟ, ਸੋ ਆਈ ਐਮ ਵੈਰੀ ਹੈਪੀ ਹੈਵਿੰਗ ਇਟ ਫੋਰ ਦਾ ਟੇਸਟ ਵਾਈਜ਼ ਐਂਡ ਫੋਰ ਦਾ ਹੈਲਥ ਵਾਈਜ਼।
ਸਿਹਤ ਦੇ ਲਈ ਤੁਸੀਂ ਵੀ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰੋ, ਇੱਥੇ ਆ ਕੇ ਜੂਸ ਪੀਓ, ਜੋ ਵੀ ਤੁਹਾਨੂੰ ਅਗਰ ਕੋਈ ਬਿਮਾਰੀ ਹੈਗੀ ਹੈ ਤਾਂ ਤੁਸੀਂ ਇੱਕ ਵਾਰੀ ਇੱਥੇ ਇੱਕ ਕਾਰਡ 'ਤੇ ਆ ਜਾਓ ਅਤੇ ਸਰਦਾਰ ਜੀ ਨਾਲ ਗੱਲਬਾਤ ਕਰੋ ਕਿ ਮੈਨੂੰ ਇਹ ਪ੍ਰੋਬਲਮ ਹੈਗੀ ਹੈ, ਤਾਂ ਉਹ ਤੁਹਾਨੂੰ ਸੇਮ ਉਹੀ ਪ੍ਰੋਬਲਮ ਦਾ ਜੂਸ ਤੁਹਾਨੂੰ ਦੇਣਗੇ, ਤੁਹਾਡੇ ਸਲਿਊਸ਼ਨ ਦੇਣਗੇ ਤੁਹਾਨੂੰ। ਅਤੇ ਇਸੇ ਦੇ ਨਾਲ ਹੀ ਮੈਂ ਮਧੁਨਿਸ਼ਾ ਕੈਮਰਾਮੈਨ ਅਰਸ਼ਦੀਪ ਦੇ ਨਾਲ ਗੇਟ ਪੰਜਾਬ ਟੀ ਵੀ ਅੰਮ੍ਰਿਤਸਰ।